ਇਸ ਵੇਲੇ ਦੀ ਵੱਡੀ ਖਬਰ ਨਵਾਂਸ਼ਹਿਰ ਦੇ ਪਿੰਡ ਪਠਲਾਵਾਦ ਵਿੱਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ। ਪਿੰਡ ਪਠਲਾਵਾ ਦੀ ਰਹਿਣ ਵਾਲੀ ਪ੍ਰੀਤਮ ਕੌਰ ਕੋਰੋਨਾ ਵਾਇਰਸ ਦੀ ਪੋਜ਼ਿਟਿਵ ਪਾਈ ਗਈ ਹੈ। ਦੱਸਦੀ ਕਿ ਪ੍ਰੀਤਮ ਕੌਰ ਦੇ ਬੇਟੇ ਸਰਪੰਚ ਹਰਪਾਲ ਸਿੰਘ ਪਹਿਲਾਂ ਹੀ ਕੋਰੋਨਾ ਵਾਇਰਸ ਦਾ ਪੀੜਤ ਪਾਇਆ ਗਿਆ ਜੋ ਪਿੰਡ ਪਠਲਾਵਾ ਦਾ ਰਹਿਣ ਵਾਲਾ ਹੈ, ਜਿਸ ਤੋਂ ਬਾਅਦ ਹੁਣ ਹਰਪਾਲ ਸਿੰਘ ਦੀ ਮਾਤਾ ਪ੍ਰੀਤਮ ਕੌਰ ਵੀ ਕੋਰੋਨਾ ਵਾਇਰਸ ਦੀ ਪੋਜ਼ਿਟਿਵ ਪਾਈ ਗਈ ਹੈ। ਦੱਸਦੀ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਾ ਬਲਦੇਵ ਸਿੰਘ ਵੀ ਪਿੰਡ ਪਠਲਾਵਾ ਦਾ ਰਹਿਣ ਵਾਲਾ ਸੀ, ਜਿਸ ਤੋਂ ਬਾਅਦ ਹੁਣ ਕਈ ਮਾਮਲੇ ਸਾਹਮਣੇ ਆ ਰਹੇ ਨੇ। ਇੱਕ ਵਾਰ ਫਿਰ ਦੱਸਦੀ ਕਿ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਵਿੱਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਰੀਜ਼ ਪੋਜ਼ਿਟਿਵ ਪਾਇਆ ਗਿਆ। ਨਵਾਂਸ਼ਹਿਰ ਤੋਂ ਨਰਿੰਦਰ ਰੱਤੂ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।